ਸ਼ਹਿਨਾਜ਼ ਗਿੱਲ ਦੇ ਸ਼ੋਅ 'ਤੇ ਪਹੁੰਚੇ ਵਿੱਕੀ ਕੌਸ਼ਲ, ਕੀਤੀ ਖੂਬ ਸਾਰੀ ਮਸਤੀ। ਐਪਲ ਲਿਸਟ ਵਿੱਚ ਪੰਜਾਬੀ ਗਾਇਕੀ ਦੀ ਬੱਲੇ ਬੱਲੇ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੂਰੇ ਹੋਏ 6 ਮਹੀਨੇ, ਸਿਤਾਰਿਆਂ ਨੇ ਕੁਝ ਇੰਜ ਕੀਤਾ ਯਾਦ, ਅਤੇ ਕਲਾਕਾਰ ਅਤੇ ਮਿਊਜ਼ਿਕ ਡਾਇਰੈਕਟਰ ਅਰਵਿੰਦਰ ਖੇੜਾ ਦਾ ਹੋਇਆ ਵਿਆਹ। ਸਤਿ ਸ਼੍ਰੀ ਅਕਾਲ, ਮੈਂ ਹਾਂ ਤਾਇਰਾ ਅਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਐਂਟਰਟੇਨਮੈਂਟ ਰੈਪ। ਵਿੱਕੀ ਕੌਸ਼ਲ ਸ਼ਹਿਨਾਜ਼ ਗਿੱਲ ਦੇ ਸ਼ੋਅ 'ਤੇ ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ। ਦੋਹਾਂ ਨੇ ਇਕੱਠਿਆਂ ਮਿਲ ਕੇ ਖੂਬ ਗੱਲਾਂ ਬਾਤਾਂ ਕੀਤੀਆਂ ਅਤੇ ਇੱਕ ਦੂਜੇ ਦੇ ਨਾਲ ਮਸਤੀ ਕਰਦੇ ਹੋਏ ਵੀ ਨਜ਼ਰ ਆਏ। ਜਦੋਂ ਮੀਡੀਆ ਵਾਲਿਆਂ ਨੇ ਵਿੱਕੀ ਨੂੰ ਪੁੱਛਿਆ ਕਿ ਸ਼ਹਿਨਾਜ਼ ਨੂੰ ਪੰਜਾਬ ਦੀ ਕੈਟਰੀਨਾ ਕੈਫ ਆਖਦੇ ਨੇ, ਤਾਂ ਵਿੱਕੀ ਨੇ ਕਿਹਾ ਕਿ ਇਹ ਪੰਜਾਬ ਦੀ ਕੈਟਰੀਨਾ ਹੀ ਨਹੀਂ ਬਲਕਿ ਇੰਡੀਆ ਦੀ ਸ਼ਹਿਨਾਜ਼ ਗਿੱਲ ਹਨ। ਸ਼ਹਿਨਾਜ਼ ਨੇ ਵੀ ਵਿੱਕੀ ਦੀਆਂ ਤਾਰੀਫਾਂ ਦੇ ਫੁੱਲ ਬੰਨੇ। ਉਹਨਾਂ ਨੇ ਲਿਖਿਆ ਕਿ ਅਜਿਹੇ ਇਨਸਾਨ ਬਹੁਤ ਔਖੇ ਮਿਲਦੇ ਨੇ ਜਿਹੜੇ ਅਸਲ ਵਿੱਚ ਸਟਾਰ ਨੇ। ਐਪਲ ਨੇ ਇਸ ਹਫ਼ਤੇ ਆਪਣੇ ਟੌਪ 10 ਮਿਊਜ਼ਿਕ ਚਾਰਟਸ ਦੀ ਲਿਸਟ ਰਿਵੀਲ ਕੀਤੀ। ਇਸ ਲਿਸਟ ਦੇ ਵਿੱਚ ਟੌਪ 10 ਗਾਣਿਆਂ 'ਚੋਂ 5 ਗਾਣੇ AP ਢਿੱਲੋਂ ਦੇ ਸਨ। ਸਿਰਫ ਇਹੀ ਨਹੀਂ, ਪਹਿਲੇ 10 ਗਾਣਿਆਂ 'ਚੋਂ 8 ਗਾਣੇ ਪੰਜਾਬੀ ਸਨ। ਆਰਟਿਸਟ ਦੀ ਗੱਲ ਕੀਤੀ ਜਾਵੇ ਤਾਂ ਟੌਪ 10 ਆਰਟਿਸਟ ਵਿੱਚ ਵੀ ਪੰਜਾਬੀ ਹੀ ਨੇ। ਪੰਜਾਬੀ ਗਾਇਕ ਜਸਵੀਰ ਜੱਸੀ ਨੇ ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਅਤੇ ਗਾਇਕ ਮੋਹਿਤ ਚੌਹਾਨ ਦੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ। ਤਸਵੀਰ ਦੇ ਨਾਲ ਉਹਨਾਂ ਨੇ ਲਿਖਿਆ, ਸਟਾਰ ਤਾਂ ਕਈ ਵਾਰ ਲੋਕ ਕਿਸਮਤ ਨਾਲ ਵੀ ਬਣ ਜਾਂਦੇ ਨੇ, ਪਰ ਬੁੱਧੀਜੀਵੀ ਚਮਕਦਾਰ ਹੋਣ ਲਈ ਮਿਹਨਤ ਕਰਨੀ ਪੈਂਦੀ ਹੈ। ਇਸ ਵਿੱਚ ਕਿੰਨੀ ਐਨਰਜੀ ਲੱਗਦੀ ਹੈ, ਬੜੇ ਉਸਤਾਦ ਲੋਕਾਂ ਨਾਲ ਬੈਠਣਾ ਪੈਂਦਾ। ਜੱਸੀ ਨੇ ਅੱਗੇ ਇਹ ਵੀ ਲਿਖਿਆ, ਨਵਾਜ਼ੁਦੀਨ ਸਿੱਦੀਕੀ ਅਤੇ ਮੋਹਿਤ ਚੌਹਾਨ ਦੋਵੇਂ ਸਟਾਰਸ ਨਾਲ ਮਿਲ ਕੇ ਮਜ਼ਾ ਆ ਗਿਆ, ਇੰਨੀ ਕਲਾ ਅਤੇ ਇੰਨੀ ਨਿਮਰਤਾ। ਜਸਬੀਰ ਜੱਸੀ ਅਕਸਰ ਸੋਸ਼ਲ ਮੀਡੀਆ 'ਤੇ ਲੋਕ ਗੀਤਾਂ 'ਤੇ ਰਿਆਜ਼ ਕਰਦੇ ਹੋਏ ਆਪਣੀ ਵੀਡੀਓਜ਼ ਫੈਨਸ ਦੇ ਨਾਲ ਸਾਂਝੀ ਕਰਦੇ ਰਹਿੰਦੇ ਨੇ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ ਇਸ ਹਫ਼ਤੇ 6 ਮਹੀਨੇ ਪੂਰੇ ਹੋਏ, ਇਸ ਕਰਕੇ ਕਈ ਪੰਜਾਬੀ ਸਿਤਾਰੇ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਆਪੋ ਆਪਣੇ ਅੰਦਾਜ਼ ਦੇ ਵਿੱਚ ਯਾਦ ਕਰਦੇ ਨਜ਼ਰ ਆਏ। ਅਫਸਾਨਾ ਖਾਨ ਨੇ ਸਿੱਧੂ ਦੇ ਨਾਲ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ਹਾਲੇ ਵੀ ਯਕੀਨ ਨਹੀਂ ਆਉਂਦਾ, ਲੱਗਦਾ ਹੈ ਕਿ ਤੂੰ ਅੱਜ ਵੀ ਸਾਡੇ ਵਿੱਚ ਮੌਜੂਦ ਆ। ਜਿੰਨਾ ਚਿਰ ਸਰੀਰ ਦੇ ਵਿੱਚ ਸਾਹ ਰਹਿਣਗੇ ਵੀਰੇ, ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ, ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਅਤੇ ਰਹੇਗਾ। ਸੋਨਮ ਬਾਜਵਾ ਨੇ ਵੀ ਸਿੱਧੂ ਦੇ ਨਾਲ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ। ਸਿੱਧੂ ਅਤੇ ਸੋਨਮ ਨੇ 2 ਗਾਣਿਆਂ ਦੇ ਵਿੱਚ ਇਕੱਠਿਆਂ ਕੰਮ ਕੀਤਾ ਸੀ। ਪੰਜਾਬੀ ਮਿਊਜ਼ਿਕ ਡਾਇਰੈਕਟਰ ਅਰਵਿੰਦਰ ਖੇੜਾ ਦਾ ਇਸ ਹਫ਼ਤੇ ਵਿਆਹ ਹੋਇਆ। ਉਹਨਾਂ ਦੇ ਵਿਆਹ 'ਤੇ ਕਈ ਪੰਜਾਬੀ ਸਿਤਾਰੇ ਪਹੁੰਚੇ। ਅਰਵਿੰਦਰ ਨੇ ਲਵਿਕਾ ਸਿੰਘ ਦੇ ਨਾਲ ਵਿਆਹ ਕਰਵਾਇਆ। ਵਿਆਹ ਦੇ ਵਿੱਚ ਸਰਗੁਣ ਮਹਿਤਾ, ਸੁਨੰਦਾ ਸ਼ਰਮਾ, ਮਨਿੰਦਰ ਬੁੱਟਰ, DJ ਫ੍ਰੈਂਜ਼ੀ, ਬੀ ਪ੍ਰਾਗ, ਜਾਨੀ, ਅਵੀਸਰਾ, ਹੈਪੀ ਰਾਏ ਕੋਟੀ, ਵੱਡਾ ਗਰੇਵਾਲ ਅਤੇ ਸੁੱਖੀ ਸਮੇਤ ਕਈ ਸਿਤਾਰੇ ਨਜ਼ਰ ਆਏ। ਸੋ ਇਹ ਸੀ ਇਸ ਹਫ਼ਤੇ ਦਾ ਰੈਪ, ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਦਿਓ ਇਜਾਜ਼ਤ, ਬਾਏ ਬਾਏ।